ਅਸੀਂ ਤਾਂ ਅੱਜ ਇੱਥੇ ਸਾਡੇ ਵੱਡੇ ਵੀਰ ਭੁੱਲਰ ਸਾਹਿਬ ਸਰਦਾਰ ਰੂਪ ਸਿੰਘ ਜੀ ਉਹਨਾਂ ਵੱਲੋਂ ਸਾਰੇ ਹਲਕਾ ਖੇਮਕਰਨ ਦੀ ਸੰਗਤ ਜ਼ਿੰਮੇਵਾਰ ਬੰਦਿਆਂ ਨੂੰ ਇਕੱਠੇ ਕੀਤਾ ਸੀ ਅਤੇ ਸਾਨੂੰ ਹੁਕਮ ਲਾਇਆ ਸੀ ਕਿ ਆਪਾਂ ਸਭ ਤੋਂ ਪਹਿਲਾਂ ਚੋਣ ਪ੍ਰਚਾਰ ਕਰਨ ਤੋਂ ਹਲਕਾ ਖੇਮਕਰਨ ਦੇ ਵਿੱਚ ਬਹੁਤ ਹੀ ਪਵਿੱਤਰ ਧਰਤੀ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪਵਨ ਸਾਹਿਬ ਵਿਖੇ ਮੱਥਾ ਟੇਕਣਾ। ਅੱਜ ਅਸੀਂ ਸਾਰੇ ਹੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਸੰਧੂ ਸਾਹਿਬ, ਸਾਡੇ ਬਹੁਤ ਹੀ ਸਤਿਕਾਰਯੋਗ ਲੋਕ ਸਭਾ ਦੇ ਕਨਵੀਨਰ ਮਨਜੀਤ ਸਿੰਘ ਜੀ ਰਾਏ ਸਾਹਿਬ ਅਤੇ ਸਾਡੇ ਜ਼ਿਲ੍ਹੇ ਦੀ ਸਮੁੱਚੀ ਟੀਮ ਨਾਲ ਵਰਕਰ ਸਾਹਿਬਾਨ ਅਤੇ ਹਲਕਾ ਖੇਮਕਰਨ ਦੇ ਸਾਰੇ ਹੀ ਆਗੂ ਸਾਹਿਬਾਨ, ਅੱਜ ਅਸੀਂ ਇੱਥੇ ਨਤਮਸਤਕ ਹੋਣ ਆਏ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸ਼ੀਰਵਾਦ ਲਿਆ, ਅਰਦਾਸ ਬੇਨਤੀ ਕੀਤੀ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਪਾਰਟੀ ਨੂੰ ਚੜ੍ਹਦੀ ਕਲਾ ਬਖਸ਼ਣ। ਅੱਜ ਸਿਰਫ ਸਾਡਾ ਮੇਨ ਮਕਸਦ ਇੱਥੇ ਨਤਮਸਤਕ ਹੋਣ ਦਾ ਸੀ। ਜੇਕਰ ਵੇਖਿਆ ਜਾਵੇ ਤਾਂ ਪਿਛਲੇ MP ਜਿਹੜੇ ਆ ਵਿਰੋਧ ਲਗਾਤਾਰ ਇਹੀ ਰਹਿੰਦਾ ਵੀ ਕੋਈ MP ਸਾਡੇ ਹਲਕੇ ਦੇ ਵਿੱਚ ਅੱਜ ਤੱਕ ਵੜਿਆ ਨਹੀਂ। ਲੱਗਦਾ ਵੀ ਜੇ ਤੁਸੀਂ ਜਿੱਤ ਜੇ ਆਉਣ ਵਾਲੀਆਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰ ਸਕੋਗੇ? ਅਸੀਂ ਤਾਂ ਸ਼ੁਰੂ ਤੋਂ ਹੀ ਜਦੋਂ ਗੁਰੂ ਨੇ ਕਿਰਪਾ ਕੀਤੀ ਆ ਲਗਾਤਾਰ 2002 ਤੋਂ 2007 2012 ਦੇ ਵਿੱਚ ਹਲਕਾ ਖਡੂਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਦੇ ਲੋਕਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਸੀ, ਬੜੀ ਵੱਡੀ ਇੱਜ਼ਤ ਮਾਣ ਦਿੱਤੀ ਸੀ ਅਤੇ ਜੇ ਲੋਕਾਂ ਦੇ ਵਿੱਚ ਵਿਚਰਦੇ ਰਹੇ ਹਾਂ ਤਾਂ ਗੁਰੂ ਨੇ ਕਿਰਪਾ ਕੀਤੀ, 3 ਵਾਰੀ ਲਗਾਤਾਰ ਉੱਥੋਂ ਦੇ ਲੋਕਾਂ ਨੇ MLA ਬਣਾਇਆ ਅਤੇ ਨਹੀਂ ਤਾਂ ਦੂਜੀ ਵਾਰੀ ਤਾਂ ਕੋਈ ਪਿੰਡ ਦਾ ਸਰਪੰਚ ਨਹੀਂ ਬਣ ਦਿੰਦਾ ਜੀ। ਸਾਡੀ ਤਾਂ ਇਹੀ ਮੰਸ਼ਾ ਵਾ ਕਿ ਲੋਕਾਂ ਦੀ ਸੇਵਾ ਕਰਨ। ਜੇ MLA ਲੋਕਾਂ ਨੂੰ ਬਣਾ ਵੀ ਦਿੱਤਾ, ਕਦੇ ਮਨ 'ਚ ਇਹ ਹਉਮੈ ਹੰਕਾਰ ਨਹੀਂ ਰੱਖਿਆ ਕਿ ਮੈਂ ਕੋਈ MLA ਹਾਂ। ਲੋਕਾਂ ਦੇ ਸੇਵਾਦਾਰ ਬਣ ਕੇ ਰਹੇ ਹਾਂ, ਲੋਕਾਂ 'ਚ ਵਿਚਰਦੇ ਰਹੇ ਹਾਂ, ਲੋਕਾਂ ਦੇ ਦੁੱਖ ਸੁੱਖ ਦੇ ਭਾਈ ਵੱਲ ਰਹੇ ਹਾਂ ਅਤੇ ਹੁਣ ਵੀ ਗੁਰੂ ਕਿਰਪਾ ਕਰਨ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਆਸ਼ੀਰਵਾਦ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜੇ ਸਾਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੰਦੇ ਨੇ ਤੇ ਅਸੀਂ ਤਕੜੇ ਹੋ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗੇ। ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਭਿੱਖੀਵਿੰਡ ਚੌਕ ਦੇ ਵਿੱਚ, ਉਸ ਬਾਰੇ ਕੀ ਕਹਿਣਾ ਚਾਹੋਗੇ? ਤਾਂ ਉਹਨਾਂ ਦੀ ਮਰਜ਼ੀ ਆ ਜੀ, ਹਰ ਇੱਕ ਨੂੰ ਆ ਕੇ ਆਪੋ ਆਪਣੀ ਗੱਲ ਕਰਨ ਦਾ, ਉਹ ਆਪਦਾ ਕੰਮ ਕਰੀ ਜਾਂਦੇ ਆਪਦਾ ਕਰੀ ਜਾਂਦੇ। ਮੰਨਾ ਜੀ, ਹਲਕਾ ਖੇਮਕਰਨ ਦੇ ਵਿੱਚ ਅੱਜ ਤੁਸੀਂ ਪਹਿਲੀ ਵਾਰ ਆਏ ਜੇ, ਜਿਹੜੇ BJP ਦੇ ਮੰਡਲ ਪ੍ਰਧਾਨ ਬਣਾਏ ਨੇ ਹਲਕਾ ਖੇਮਕਰਨ ਦੇ, BJP ਦੇ ਕਾਫੀ ਆਗੂ ਜਿਹੜੇ ਇਸ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ, ਰੈਲੀ ਵਿੱਚ ਨਹੀਂ ਪਹੁੰਚ ਸਕੇ, ਉਹਨਾਂ ਨੂੰ ਮੈਸੇਜ ਨਹੀਂ ਦਿੱਤਾ ਗਿਆ ਕਿ ਜਾ ਕੇ ਦੱਸ? ਮੇਰੇ ਤਾਂ ਕੋਈ ਧਿਆਨ 'ਚ ਨਹੀਂ ਇਹੋ ਜਿਹੀ ਗੱਲ ਕਿ ਕੋਈ ਨਹੀਂ ਆਇਆ। ਜੇ ਕਿਸੇ ਨੂੰ ਕੋਈ ਨਹੀਂ ਆਇਆ, ਕੋਈ ਆਪਦਾ ਉਹਦਾ ਰੁਝੇਵਾਂ ਵੀ ਹੋ ਸਕਦਾ ਵਾ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਅਸੀਂ ਸਾਰੀ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਬਹੁਤ ਵਧੀਆ ਮਿਹਨਤੀ ਇਨਸਾਨ ਨੇ, ਇਹਨਾਂ ਦੀ ਟੀਮ ਬੜੀ ਬਹੁਤ ਵਧੀਆ ਵਾ। ਅੱਜ ਹਲਕਾ ਤਰਨ ਤਾਰਨ ਦੇ ਵਿੱਚ ਜੇ BJP ਨੂੰ ਕੋਈ ਖੜਿਆ ਕੀਤਾ ਪਿੰਡਾਂ ਦੇ ਵਿੱਚ, ਤਾਂ ਉਹ ਸਰਦਾਰ ਹਰਜੀਤ ਸਿੰਘ ਜੀ ਅਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਸਿਹਰਾ ਜਾਂਦਾ। ਕੋਈ ਇਹੋ ਜਿਹੀ ਗੱਲ ਨਹੀਂ ਆ ਕਿਤੇ ਕਿਸੇ ਨੂੰ ਆਪਦਾ ਕੋਈ ਬਣਿਆ। ਅਸੀਂ ਵਿਰੋਧ ਨਹੀਂ ਕਹਿੰਦੇ, ਅਸੀਂ ਕਹਿੰਦੇ ਵੀ ਸਾਡੇ ਸਵਾਲਾਂ ਦੇ ਜਵਾਬ, ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਆ। ਕਿਉਂਕਿ ਮਨਜੀਤ ਸਿੰਘ ਮੰਨਾ ਵੱਲੋਂ ਟਿਕਟ ਲੜੀ ਜਾ ਰਹੀ ਹਲਕਾ ਖਡੂਰ ਸਾਹਿਬ ਦੇ ਵਿੱਚ, ਅੱਜ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਰਿਹਾ ਅਤੇ ਅੱਜ ਹਲਕਾ ਖੇਮਕਰਨ ਦੇ ਵਿੱਚ ਆਇਆ ਸੀ ਭਿੱਖੀਵਿੰਡ ਦੇ ਵਿੱਚ। ਅਸੀਂ ਚੌਂਕ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕੇ। ਸਾਡੇ ਸਵਾਲਾਂ ਤੋਂ ਭੱਜ ਚੁੱਕੇ, ਭੜੋਲੇ ਹੋ ਚੁੱਕੇ ਨੇ। ਕਿਉਂਕਿ ਅਸੀਂ ਹੁਣ ਇਹ ਪੁੱਛਣਾ ਚਾਹੁੰਦੇ ਹਾਂ ਕਿ 13 ਮਹੀਨੇ ਤੁਸੀਂ ਦਿੱਲੀ ਦੇ ਵਿੱਚ ਬਿਠਾ ਕੇ ਰੱਖਿਆ, ਸਾਡੇ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ। ਅੱਜ ਸਾਡੇ ਇੱਕ ਜਿਹੜੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਸਾਡੇ ਕਿਸਾਨ ਗਏ ਸੀ ਦਿੱਲੀ ਬਾਰਡਰਾਂ ਨੂੰ, ਇਹਨਾਂ ਨੇ ਸਾਡੀ ਐਂਟਰੀ ਬੈਨ ਕਰ ਦਿੱਤੀ, ਸਾਨੂੰ ਹਰਿਆਣੇ ਤੋਂ ਅੱਗੇ ਟੱਪਣ ਨਹੀਂ ਦਿੱਤਾ ਗਿਆ। ਅਸੀਂ ਉਹਨਾਂ ਜਿਹੜੇ ਸਾਡੇ ਵੀਰਾਂ ਨੇ ਤੈਨੂੰ ਤਸ਼ੱਦਦ ਕੀਤਾ, ਟਰਾਲੀਆਂ ਟਰੈਕਟਰ ਤੋੜ ਭੰਨ ਕੀਤੀ ਇਹਨਾਂ ਨੇ, ਇੱਕ ਸਾਡੇ ਕਿਸਾਨ ਸ਼ੁਭਕਰਨ ਸਿੰਘ ਦੀ ਸ਼ਹੀਦ ਹੋ ਗਿਆ, ਉਹਦੇ ਤਹਿਤ ਅਸੀਂ ਅੱਜ ਇਹਨਾਂ ਨੂੰ ਸਵਾਲ ਜਵਾਬ ਕਰਨੇ ਸੀਗੇ। ਜੇ ਸਾਡੀ ਐਂਟਰੀ ਦਿੱਲੀ ਦੇ ਵਿੱਚ ਨਹੀਂ ਹੋ ਸਕਦੀ ਤਾਂ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਫਿਰ ਅਸੀਂ ਪੰਜਾਬ 'ਚ ਐਂਟਰ ਨਹੀਂ ਹੋਣ ਦਿਆਂਗੇ, ਕਿਉਂਕਿ ਦਿੱਲੀ ਸਾਡਾ ਰਾਈਟ ਬਣਦਾ ਵਾ, ਸਾਡੀ ਰਾਜਧਾਨੀ ਆ, ਅਤੇ ਇਹ ਆਪਣੀਆਂ ਵੋਟਾਂ ਲੈਣ 'ਤੇ ਹਲਕਿਆਂ ਦੇ ਵਿੱਚ ਆ ਜਾਂਦੇ ਆ, ਪਰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ। ਇਸ ਕਰਕੇ ਅਸੀਂ ਇਹਨਾਂ ਦਾ ਅੱਜ ਜਿਹੜਾ ਵਾ ਇੱਥੇ ਘੇਰ ਕੇ
ਤੇ ਇਹਨਾਂ ਨੂੰ ਸਵਾਲ ਜਵਾਬ ਕੀਤੇ ਸੀ, ਸਾਡੇ ਸਵਾਲਾਂ ਤੋਂ ਭਗੌੜਾ ਸੀ ਮਤਲਬ।